ਕਦੋ ਕੱਢੇਗਾ ਭੱਠੀ ਚੋ? ਇੰਨੇ ਟਾਈਮ ਚ ਤਾਂ ਆਲੂ ਵੀ ਦੋ ਵਾਰੀ ਉਬਲ ਜਾਣ। ਚੁੱਪ ਕਰ ਯਾਰ। ਉਹ ਮੈਂ ਭਾਫੇ ਦਾ ਨਜ਼ਲਾ ਠੀਕ ਕਰਨ ਲਈ ਨਹੀਂ ਸਗੋਂ ਰੰਗ ਠੀਕ ਕਰਨ ਲਈ ਲਾਈ ਆ। ਮੈਨੂੰ ਤਾਂ ਇਹ ਡਰ ਲੱਗਦਾ ਕਿਤੇ ਮੇਰੀਆਂ ਨਜ਼ਰਾਂ ਨਾ ਤੈਨੂੰ ਲੱਗ ਜਾਣ। ਮੈਂ ਕਾਲਾ ਟਿੱਕਾ ਲਾ ਦਵਾਂ। ਕਿਉਂ ਇਦਾਂ ਕਰ? ਓਏ ਹਾਂ, ਟਿੱਕਾ ਕਿੱਥੇ ਲਾਇਆ ਸੀ? ਇੱਥੇ ਲਾਇਆ ਸੀ। ਹਾਂ, ਮੈਨੂੰ ਲੱਗਦਾ ਗਵਾਚ ਗਿਆ ਬਾਈ। ਮਿਲਣ ਤੋਂ ਪਹਿਲਾਂ ਮਨ ਚ ਸੋਚ ਲੈ ਕਿਹੋ ਜਿਹਾ ਮੁੰਡਾ ਚਾਹੀਦਾ ਤੈਨੂੰ। ਇਹੋ ਜਿਹਾ ਚਾਹੀਦਾ ਹੈ ਤਾਂ ਨਹੀਂ ਪਤਾ, ਬਸ ਇਹੋ ਜਿਹਾ ਨਾ ਹੋਵੇ। ਹਾਏ ਰੱਬਾ, ਜੇ ਕਿ ਤੇਰਾ ਬਹਿ ਜਾ ਮਜ਼ਾਕ ਮੇਰੇ ਨਾਲ ਵੀ ਕਰਦੇ ਨਾ, ਰੱਬ ਦੀਆਂ ਸਾਰੀਆਂ ਗਲਤੀਆਂ ਮਾਫ਼। ਕਾਹਦੀਆਂ ਗਲਤੀਆਂ ਹੋਵੇ? ਤੂੰ ਤਾਂ ਰੱਬ ਤੋਂ ਇੱਕ ਹੋਰ ਗਲਤੀ ਕਰਾਉਣ ਨੂੰ ਫਿਰਦਾ। ਓਏ ਤੂੰ, ਤੈਨੂੰ ਕੀ ਲੱਗਦਾ ਆਪਣੇ ਤਰਲੋਚਨ ਦਾ ਆ ਚਿੱਟੀ ਕਬੂਤਰੀ ਨਾਲ ਜੋੜਾ ਬਣੂ? ਓਏ ਰੱਬ ਦੇ ਰੰਗਾਂ ਦਾ ਕੀ ਪਤਾ ਪੁੱਤਰਾ, ਕਦੋਂ ਕਾਲੇ ਬਾਟੇ 'ਚ ਖੀਰ ਪਾ ਦੇ। ਅੱਜ ਤੈਨੂੰ ਮੇਰੇ ਉੱਤੋਂ ਦੀ ਟੱਪ ਕੇ ਜਾਣਾ ਪਊਗਾ। ਆ ਲੈ। ਹਾਏ ਬੇਬੇ, ਆ ਲੈ ਹੋ ਟੱਪਾ ਬੇਬੇ। ਮੁੰਡਾ ਪਸੰਦ ਹੈ, ਕਾਕਾ ਤਾਂ ਇੰਜਨ ਦੀ ਟੱਕਰ ਦਾ, ਕੰਮ ਵੱਲੋਂ ਵੀ ਰੰਗ ਵੱਲੋਂ ਵੀ। ਕਾਕਾ ਕਮਾਲ ਕਰ ਗਿਆ ਬਾਈ। ਆਪਾਂ ਜਾ ਕੇ ਹੁਣ ਧਾਗੇ ਦੀ ਰਾਖੀ ਕਰੀਏ, ਕਿਤੇ ਕੋਈ ਪਹਿਲੇ ਨਾ ਖੋਲ ਜੇ। ਚਾਹ ਬਹੁਤ ਸਵਾਦ ਬਣੀ ਹੈ ਪੁੱਤ, ਜੇ ਤੂੰ ਕੁੜੀ ਹੁੰਦਾ ਤੇ ਮੈਂ ਤੈਨੂੰ ਆਪਣੀ ਨੂੰਹ ਬਣਾ ਲੈਣਾ ਸੀ। ਪਰੌਣਾ ਬਣਾ ਲਓ ਬੇਬੇ। ਐ ਤਾਂ ਨਹੀਂ ਗੱਲ ਬਣਨੀ, ਔਖਾ ਯਾਰ ਕੰਮ। ਓ ਵੀਰੇ ਤੂੰ ਗੁੱਸੇ ਨਾ ਹੋਇਆ ਕਰ, ਲੋਕ ਤਾਂ ਲਾਲ ਪੀਲੇ ਹੁੰਦੇ, ਤੂੰ ਤਾਂ ਜਾਮ ਨਹੀਂ ਹੋ ਜਾਂਦਾ। ਸਾਹਮਣੇ ਦੇਖ ਭਾਬੀ ਪਿੱਛੇ ਮਿੱਟੀ ਨਾ ਮਿੱਟੀ ਹੋਇਆ ਫਿਰਦਾ, ਤੂੰ ਵੀ ਕੰਮ ਚੱਕ ਕੇ ਰੱਖ। ਓ ਤੂੰ ਆਪਣਾ ਅੰਦਰਲਾ ਨਾਗ ਜਗਾ ਅੰਦਰਲਾ। ਛਾਵੇਂ ਰਿਹਾ ਕਰ, ਤੂੰ ਪੱਚ ਤਾਂ ਕਸ਼ਮੀਰੀ ਸੇਬ ਵੀ ਸੰਘਾੜਾ ਬਣ ਜਾਂਦਾ। ਪਰ ਯਾਰ ਉਹ ਸੋਹਣਾ ਬਹੁਤ ਹੈ। ਓ ਤੂੰ ਘੱਟ ਸੋਹਣਾ ਹੈ, ਦੱਸੋ ਜੀ ਤੈਨੂੰ ਕੀ ਕਮੀ ਹੈ ਇਹਦੇ ਚ? ਛੱਡ ਯਾਰ, ਰੱਬ ਦਾ ਜੀ ਹੈ ਐਵੇਂ ਗੁੱਸਾ ਕਰ ਜੂਗਾ। ਸੰਗਲ ਫੜਾ ਦੇ, ਉਹ ਵੀ ਫੱਬੂ, ਇਹ ਵੀ ਤਾਂ ਕਿਸੇ ਨਾਲ ਫੱਬਣਾ ਚਾਹੀਦਾ।